ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਾ ਜਿਵੇਂ ਕਿ ਪੁਸਤਕ ਮੇਲਾ ਚੱਲ ਰਿਹਾ ਵਾ ਅੱਜ ਦੂਸਰਾ ਦਿਨ ਹੈ ਤੇ ਕਿਸ ਤਰ੍ਹਾਂ ਦਾ ਵਿਦਿਆਰਥੀਆਂ ਵੱਲੋਂ ਜਾਂ ਹੋਰ ਆਂਜਾਨੇ ਵਿਅਕਤੀਆਂ ਨੂੰ ਕਿੱਦਾਂ ਦਾ ਹੰਗਾਰਾ ਮਿਲ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਸਾਰੇ শ্রোਤਿਆਂ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਖਾਲਸਾ ਕਾਲਜ ਵੱਲੋਂ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਇਹ ਦੇ ਮੇਨ ਪ੍ਰਬੰਧਕ ਡਾਕਟਰ ਆਤਮ ਸਿੰਘ ਰੰਧਾਵਾ ਨੇ ਜਿਸ ਵਿਉਂਤ ਜਿਸ ਉਦੇਸ਼ ਨੂੰ ਲੈ ਕੇ ਲਿਖਿਆ ਸੀ ਉਦੇਸ਼ ਇਹ ਸੀ ਵੀ ਵਿਦਿਆਰਥੀ ਸਾਡੇ ਕਵੀ ਸਹਿਤਕਾਰ ਲੇਖਕ ਕਲਾਕਾਰ ਆਪਣੇ ਪੁਸਤਕ ਕਲਚਰ ਨਾਲ ਜੁੜਨ ਗਿਆਨ ਵਿਗਿਆਨ ਦੀਆਂ ਗੱਲਾਂ ਹੋਣ ਇਹ ਮੇਲਾ ਇੱਕ ਪਾਸੇ ਪੁਸਤਕਾਂ ਦਾ ਮੇਲਾ ਆ ਪੁਸਤਕ ਭੰਡਾਰ ਦਾ ਮੇਲਾ ਆ ਦੂਜੇ ਪਾਸੇ ਇਹ ਗਿਆਨ ਚਿੰਤਨ ਮੰਥਨ ਸੈਮੀਨਾਰਾਂ ਦਾ ਮੇਲਾ ਆ ਤਿੱਗੇ ਇਹ ਸਾਡੇ ਪੰਜਾਬੀ ਕਲਚਰ ਦੇ ਨੂੰ ਪ੍ਰਮੋਟ ਕਰਨ ਦਾ ਮੇਲਾ ਆ 2 ਵਜੇ ਤੋਂ ਬਾਅਦ 2:30 3 ਵਜੇ ਤੋਂ ਬਾਅਦ ਜਦੋਂ ਸੈਮੀਨਾਰ ਮੰਚ ਸਥਾਪ ਖਤਮ ਹੁੰਦੇ ਨੇ ਤੇ ਫਿਰ ਸਾਡੇ ਇਹ ਕਿਤੇ ਭੰਗੜਾ ਕਿਤੇ ਗਿੱਧੇ ਕਿਤੇ ਲੋਕ ਕਲਾਮਾ ਕਿਤੇ ਝੂਮਰ ਉਹਦਾ ਪ੍ਰਦਰਸ਼ਨ ਕੀਤਾ ਜਾਂਦਾ ਈਵਨ ਸਾਡਾ ਸਾਡੇ ਖਾਣੇ ਵੀ ਜਿਹੜੇ ਪੰਜਾਬੀ ਸੱਭਿਆਚਾਰ ਦੇ ਟ੍ਰੈਡੀਸ਼ਨਲ ਖਾਣੇ ਆ ਉਹਨਾਂ ਦੇ ਸਟਾਲ ਫਿਰ ਫਲਾਵਰ ਸ਼ੋਅ ਮਤਲਬ ਇਹ ਪੁਸਤਕ ਮੇਲਾ ਗਿਆਨ ਦਾ ਮੇਲਾ ਲੋਕ ਕਲਾਮਾਂ ਦਾ ਮੇਲਾ ਇਹ ਸਾਰਾ ਕੁਝ ਇਹ ਇਹ ਸੋਚ ਕੇ ਵੀ ਹੁੰਤਿਆ ਵੀ ਜਿਹੜਾ ਵੱਡੇ ਅਧਾਰੇ ਹੁੰਦੇ ਆ ਜਿਹੜੇ ਖਾਲਸਾ ਕਾਲਜ ਵਰਗੇ ਅਧਾਰੇ ਨੇ ਉਹ ਵੱਧ ਤੋਂ ਵੱਧ ਗਿਆਨ ਨੂੰ ਚਿੰਤਨ ਮੰਥਨ ਨੂੰ ਪ੍ਰਮੋਟ ਕਰਨ ਆਪਾਂ ਕਹਿ ਦਿੰਦੇ ਆ ਵਿਦਿਆਰਥੀ ਅੱਜ ਕੱਲ ਕਿਤਾਬਾਂ ਨਹੀਂ ਪੜ੍ਹਦੇ ਪਰ ਇਹ ਸਾਡੀਆਂ ਬਣੀਆਂ ਬਣਾਈਆਂ ਧਾਰਨਾਵਾਂ ਨੇ ਕਿਤਾਬਾਂ ਪੜਨ ਦਾ ਕਿਤਾਬਾਂ ਖਰੀਦਣ ਦਾ ਇੱਕ ਮਾਹੌਲ ਮਿਲੇ ਇੱਕ ਐਟਮੋਸਫੇਅਰ ਮਿਲੇ ਵਿਦਿਆਰਥੀ ਕਿਤਾਬਾਂ ਖਰੀਦਦਾ ਵੀ ਆ ਵਿਦਿਆਰਥੀ ਕਿਤਾਬਾਂ ਪੜ੍ਹਦਾ ਵੀ ਆ ਕਿਉਂਕਿ ਸਾਡਾ ਇਹ ਯਕੀਨ ਆ ਕਿ ਸਟੂਡੈਂਟ ਲਾਈਫ 'ਚ ਭਾਵੇਂ ਜਿੰਨੇ ਮਰਜੀ ਅੱਜ ਲੇਟੈਸਟ ਟੂਲ ਆ ਗਏ ਆ ਕਿਤਾਬ ਦਾ ਦੁਨੀਆ ਭਰ 'ਚ ਕੋਈ ਬਦਲ ਨਹੀਂਗਾ ਆਪਾ ਸਾਰੇ ਅੱਜਕੱਲ ਸਾਰੇ ਸੁਣ ਰਹੇ ਦਰਸ਼ਕਾਂ ਨੇ ਵੀ ਦੁਨੀਆ ਘੁੰਮ ਘੁਮਾ ਕੇ ਦੇਖੀ ਆ ਗਿਆਨ ਦੇ ਵਿੱਚ ਪੁਸਤਕ ਦਾ ਕੋਈ ਬਦਲ ਨਹੀਂਗਾ ਇਹ ਮਤਲਬ ਚੰਗੀ ਪੁਸਤਕ ਹਮੇਸ਼ਾ ਸਰਹਾਣੇ ਰੱਖੀ ਹੁੰਦੀ ਆ ਤੇ ਇਸ ਕਰਕੇ ਜਿਸ ਆਸ ਨਾਲ ਇਹੋ ਜੀ ਉਦੇਸ਼ ਨਾਲ ਲਿਖਿਆ ਸੀ ਉਹ ਸਾਨੂੰ ਹੰਗਾਰਾ ਉਸ ਉਦੇਸ਼ ਨਾਲੋਂ ਕਿਤੇ ਵੱਧ ਮਿਲ ਰਿਹਾ ਸਾਡੇ ਕੱਲ ਕਰਮੋਕੇਸ਼ਨ ਸੀ ਕਾਲਜ ਸਾਡੇ ਵਿਦਿਆਰਥੀਆਂ ਨੂੰ ਛੁੱਟੀ ਸੀ ਪਰ ਇੰਨੀ ਭੀੜ ਇਨਾ ਮਤਲਬ ਦਰਸ਼ਕਾਂ ਦਾ ਰਸ਼ ਇਨਾ ਪੁਸਤਕ ਪ੍ਰੇਮੀਆਂ ਦਾ ਰਸ਼ ਮਨ ਨੂੰ ਬਹੁਤ ਸਕੂਨ ਮਿਲਿਆ ਬਹੁਤ ਖੁਸ਼ੀ ਹੋਈ ਅੱਜ ਐਤਵਾਰ ਆ ਇਹਦੇ باوجود ਸਾਰੇ ਸਟਾਲਾਂ ਤੇ ਦਰਸ਼ਕ ਪੁਸਤਕਾਂ ਖਰੀਦਣ ਵਾਲੇ ਖੜੇ ਹੋਏ ਆ ਫੇਰ ਤੁਰ ਕੇ ਤੇ ਇਹ ਸਾਨੂੰ ਇਹ ਲੱਗਦਾ ਆ ਵੀ ਇਹ ਜਿਹੜਾ ਮੇਲਾ ਇਹ ਕਿਤੇ ਰਾਜਸਥਾਨ ਤੋਂ ਕਿਤੇ ਹਿਮਾਚਲ ਤੋਂ ਕਿਤੇ ਦਿੱਲੀ ਤੋਂ ਕੋਈ 81 82 ਦੇ ਕਰੀਬ ਪਬਲਿਸ਼ਰ ਆਏ ਆ ਔਰ 121 ਦੇ ਕਰੀਬ ਸਟਾਲ ਆ ਔਰ ਦੂਸਰੀ ਗੱਲ ਇਹ ਵੀ ਆ ਕਿ ਇਹਦੇ ਤੇ ਇਸ ਵਾਰੀ ਜਿਸ ਤਰ੍ਹਾਂ ਦਾ ਪ੍ਰਬੰਧ ਆ ਮੀਂਹ ਹੀਰੀ ਦਾ ਕੋਈ ਅਸਰ ਨਹੀਂ ਵਾਟਰ ਪ੍ਰੂਫ ਸਾਰੀ ਟੈਂਟਿੰਗਾ ਔਰ AC ਵਗੈਰਾ ਦੇ ਪ੍ਰਬੰਧ ਆ ਖਾਣ ਪੀਣ ਅੰਦਰ ਹੀ ਆ ਸਾਰੇ ਕੁਝ ਦਾ ਵੀ ਅਸੀਂ ਹਰ ਚੀਜ਼ ਵੀ ਆਉਣ ਆਲਾ ਜੇ ਕੋਈ ਕਿਤਾਬ ਖਰੀਦਣ ਆ ਗਿਆ ਕੋਈ ਸੈਮੀਨਾਰ ਸੁਣਨ ਆ ਗਿਆ ਤੇ ਉਹਨੂੰ ਇਹ ਨਾ ਲੱਗੇ ਕਿ ਮੌਸਮ ਦੀ ਵਜ੍ਹਾ ਕਰਕੇ ਉਹ ਉਹਦਾ ਆਉਣਾ ਜਾਣਾ ਸਫਲ ਨਹੀਂ ਹੋਇਆ ਤੇ ਅਸੀਂ ਬਹੁਤ ਇਸ ਵਜ੍ਹਾ ਨੂੰ ਤੋਂ ਖੁਸ਼ ਹਾਂ ਕਿਉਂਕਿ ਖਾਲਸਾ ਕਾਲਜ ਇੱਕ ਆਪਦੀ ਇੱਕ ਕੌਮ ਨੂੰ ਰਿਪਰੈਜ਼ੈਂਟ ਕਰਦਾ ਆਪਣੀ ਪੰਜਾਬੀਅਤ ਨੂੰ ਰਿਪਰੈਜ਼ੈਂਟ ਕਰਦਾ ਤੇ ਅਸੀਂ ਉਸ ਵਿਰਸੇ ਨਾਲ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆ ਅਸੀਂ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਦੇ ਆ ਆਪਣੇ ਸੱਭਿਆਚਾਰ ਨੂੰ ਪ੍ਰਮੋਟ ਕਰਦੇ ਆ ਆਪਣੀਆਂ ਕਲਾਵਾਂ ਨੂੰ ਪ੍ਰਮੋਟ ਕਰਦੇ ਆ ਤੇ ਇਹ ਮਨ ਨੂੰ ਬਹੁਤ ਸਕੂਨ ਆ ਲੋਕ ਸੈਮੀਨਾਰਾਂ 'ਚ ਵੀ ਆਉਂਦੇ ਆ ਲੋਕ ਸਾਡੀਆਂ ਟ੍ਰੈਡੀਸ਼ਨਲ ਕਲਾਵਾਂ ਦਾ ਦਾ ਰਿਪਰੈਜ਼ੈਂਟ ਵੀ ਕਰਦੇ ਆ ਔਰ ਸੁਣਦੇ ਵੀ ਆ ਇਹ ਬਾਕੀ ਚੀਜ਼ਾਂ ਪੇਂਟਿੰਗ ਵਗੈਰਾ ਬਾਕੀ ਚੀਜ਼ਾਂ ਆਉਣ ਜਾਣ ਦੇ ਫੈਸ਼ਨ ਨੇ ਪਰ ਜਿਹੜਾ ਸਾਡਾ ਅਸਲ ਪੰਜਾਬੀਅਤ ਆ ਅਸਲ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਗੱਲਾਂ ਨੇ ਉਹ ਐਵਰਗ੍ਰੀਨ ਨੇ ਜਿਹੜਾ ਉਹਨਾਂ ਨੂੰ ਪੇਸ਼ ਕਰਨ ਦੀ ਲੋੜ ਆ ਠੀਕ ਤਰੰਗ ਨਾਲ ਉਹ ਉਹਨਾਂ ਦਾ ਕੋਈ ਆਲਟਰਨੇਟਿਵ ਨਹੀਂ ਤੇ ਮਨ ਨੂੰ ਬਹੁਤ ਤਸੱਲੀ ਆ ਵੀ ਲੋਕ ਹਮਮਾ ਮਾ ਕੇ ਆਇਆ ਔਰ ਇਹ ਪੂਰੀ ਤਰ੍ਹਾਂ ਮੇਲਾ ਸਫਲ ਜਾ ਧੰਨਵਾਦ